ਇਹ ਜਿੱਤ ਹਾਰ ਦੀ ਇਲੈਕਸ਼ਨ ਨਹੀਂ ਹੈਗੀ, ਇਹ ਵੋਟਾਂ ਜਿੱਤ ਹਾਰ ਦੀਆਂ ਨਹੀਂ ਹੈਗੀਆਂ, ਇਹ ਵੋਟਾਂ ਅਣਖ ਤੇ ਆਬਰੂ ਬਚਾਉਣ ਦੀਆਂ ਨੇ, ਇਹ ਵੋਟਾਂ ਡਾਕਟਰ ਭੀਮ ਰਾਓ ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਉਣ ਦੀਆਂ ਨੇ, ਇਹ ਵੋਟਾਂ ਲੋਕਤੰਤਰ ਨੂੰ ਬਚਾਉਣ ਦੀਆਂ ਨੇ। ਜੇ ਇਹ ਵੋਟਾਂ ਬਾਰੇ ਆਪਾਂ ਖੁੰਝ ਕੇ ਕਿਸੇ ਧਰਮ ਜਾਤੀ ਦੇ ਪਿੱਛੇ ਜਾਂ ਕਿਸੇ ਉਹਨਾਂ ਦੇ ਕੂੜ ਪ੍ਰਚਾਰ ਦੇ ਪਿੱਛੇ ਨਫ਼ਰਤ ਦੇ ਪਿੱਛੇ ਲੱਗ ਕੇ ਕਿਤੇ ਇੱਧਰ ਉੱਧਰ ਵੋਟਾਂ ਪਾ ਦਿੱਤੀਆਂ, ਤਾਂ ਇੱਕ ਗੱਲ ਮੇਰੀ ਨੋਟ ਕਰ ਲਿਓ, ਇਸ ਤੋਂ ਬਾਅਦ ਦੇਸ਼ ਦੇ ਵਿੱਚ ਵੋਟਾਂ ਨਹੀਂ ਪੈਣੀਆਂ। ਉਹਨਾਂ ਨੇ ਡਿਕਟੇਟਰਸ਼ਿਪ ਤਾਨਾਸ਼ਾਹੀ ਕਾਇਮ ਕਰ ਦੇਣੀ ਹੈ, ਬਸ ਸਿੱਧੇ ਹੀ ਕਿਹਾ ਕਰਨਗੇ ਅਗਲੇ 5 ਸਾਲ ਵਾਸਤੇ ਫਿਰ ਮੈਂ ਉਹੀ ਚੁਣੇ ਜਾਇਆ ਕਰਨਗੇ, ਬਸ ਕੋਈ ਵੋਟਾਂ ਨਹੀਂ। ਅੱਜ ਸ਼ਾਮ ਨੂੰ ਘਰੇ ਜਾ ਕੇ ਵੋਟਰ ਕਾਰਡ ਦੇਖਿਓ, ਆਪਣਾ ਵੋਟਰ ਕਾਰਡ, ਉੱਥੇ ਫੋਟੋ ਤਾਂ ਤੁਹਾਡੀ ਓ ਲੱਗੀ ਹੋਈ ਹੈ, ਪਰ ਉਸ ਵੋਟਰ ਕਾਰਡ ਦੇ ਵਿੱਚ ਥੋੜਾ ਜਿਹਾ ਗੌਰ ਨਾਲ ਦੇਖੋਗੇ, ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਆਜ਼ਾਦ ਹੋਰਾਂ ਦੇ ਖੂਨ ਦੀ ਸੁਗੰਧੀ ਆਊਗੀ ਤੁਹਾਨੂੰ। ਤੁਸੀਂ ਸੋਚਦੇ ਹੋਵੋਗੇ ਭਗਵੰਤ ਮਾਨ ਕੀ ਕਹੀ ਜਾਂਦਾ, ਵੋਟਰ ਕਾਰਡ ਦਾ ਲਾਲਾ ਲਾਜਪਤ ਰਾਏ ਦੇ, ਕਰਤਾਰ ਸਿੰਘ ਸਰਾਭੇ ਦੇ, ਸ਼ਹੀਦ ਭਗਤ ਸਿੰਘ ਦੇ ਖੂਨ ਨਾਲ ਕੀ ਸੰਬੰਧ ਹੋਇਆ? ਮੈਂ ਦੱਸਦਾ, ਸਾਹ ਤਾਂ ਲੋਕ ਅੰਗਰੇਜ਼ਾਂ ਵੇਲੇ ਵੀ ਲੈਂਦੇ ਸੀ, ਵਿਆਹ ਸ਼ਾਦੀਆਂ ਤਾਂ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਹੁੰਦੀਆਂ ਸੀ, ਪਰ ਉਹ ਵੋਟਾਂ ਨਹੀਂ ਪੈਣ ਦਿੰਦੇ ਸੀ, ਉਹ ਆਪ ਹੀ ਬਣ ਜਾਂਦੇ ਸੀ ਆਪਦੇ ਰਾਜੇ ਆਪਣੇ। ਭਗਤ ਸਿੰਘ ਹੋਰਾਂ ਦੀ ਲੜਾਈ ਇਹ ਸੀ ਉਹਨਾਂ ਨਾਲ ਕਿ ਤੁਸੀਂ ਜਾਓ ਆਪਣੇ ਮੁਲਕ 'ਚ, ਅਸੀਂ ਵੋਟਾਂ ਪਾ ਕੇ ਆਪਣੇ ਲੀਡਰ ਆਪ ਚੁਣਿਆ ਕਰਾਂਗੇ, ਆਹੀ ਲੜਾਈ ਸੀ। ਇਸੇ ਲੜਾਈ ਕਰਕੇ 23-23 ਸਾਲ ਦੀ ਉਮਰ 'ਚ ਫਾਂਸੀ ਦੇ ਰੱਸੇ ਚੁੰਮਣੇ ਪੈ ਗਏ, ਖੂਨ ਦੀਆਂ ਬਲੀਆਂ ਦੇਣੀਆਂ ਪੈ ਗਈਆਂ। ਫਿਰ ਉਹ ਤੋਂ ਬਾਅਦ ਇਨਕਲਾਬ ਉੱਠੇ, 1947 'ਚ ਦੇਸ਼ ਆਜ਼ਾਦ ਹੋ ਗਿਆ, ਅੰਗਰੇਜ਼ ਚਲੇ ਗਏ, ਆਪਾਂ ਨੂੰ ਵੋਟਰ ਕਾਰਡ ਮਿਲ ਗਿਆ। ਹੁਣ ਇਹ ਵੋਟਰ ਕਾਰਡ ਜੇ ਤੁਸੀਂ ਇੱਕ ਪੇਟੀ ਸ਼ਰਾਬ ਦੀ ਲੈ ਕੇ, 2 ਕਿਲੋ ਭੁੱਕੀ ਲੈ ਕੇ ਜਾਂ 2000 ਰੁਪਈਆ ਲੈ ਕੇ ਕਿਸੇ ਨੂੰ ਦੇ ਦਿੰਦੇ ਹੋ, ਸਮਝ ਲਓ ਫਿਰ ਤੁਸੀਂ ਵੋਟ ਦਾ ਸੌਦਾ ਨਹੀਂ ਕਰਦੇ, ਤੁਸੀਂ ਭਗਤ ਸਿੰਘ ਹੋਰਾਂ ਦੇ ਖੂਨ ਦਾ ਸਸਤਾ ਸੌਦਾ ਕਰੀ ਜਾਂਦੇ ਹੋ। ਹੱਥ ਬੰਨ ਕੇ ਬੇਨਤੀ ਹੈ, ਜਿਹਨੂੰ ਮਰਜ਼ੀ ਪਾਓ, ਪਰ ਆਪਦੀ ਮਰਜ਼ੀ ਨਾਲ ਤਾਂ ਪਾਓ, ਮਾਮਿਆਂ ਫੁੱਫੜਾਂ ਦੇ ਕਹਿਣ 'ਤੇ ਵੋਟ ਪਾ ਦਿੰਦੇ ਹਾਂ ਯਾਰ। ਚਲ ਮਾਮੇ ਨੇ ਕਿਹਾ, ਚਲ 2 ਤੇਰੀਆਂ ਮਾਮਾ, ਦੱਸ ਚਲ 4 ਜਾਣਿਆਂ 2 ਮਾਮਾ ਤੇਰੀਆਂ, ਤੂੰ ਪਹਿਲਾਂ ਆ ਗਿਆ, ਐਂ ਨਾ ਕਰੋ ਨਾ, ਆਪਦੀ ਮਰਜ਼ੀ ਨਾ ਪਾਓ। ਇਹ ਤੋਂ ਪਹਿਲਾਂ ਤੁਸੀਂ ਕੀ ਕੀਤਾ? ਕਹਿੰਦੇ 2.5 ਕਿਲੋ ਦਾ ਹੱਥ ਹੈ, ਚਲੋ ਪਾ ਦਿੰਦੇ ਹਾਂ। 2.5 ਕਿਲੋ ਦੇ ਹੱਥ ਨੂੰ ਪਾਤੀਆਂ, ਉਹ ਮਾਂ ਦਾ ਪੁੱਤ ਵੜਿਆ ਹੀ ਨਹੀਂ, ਉਹਨੇ ਮੂੰਹ ਹੀ ਨਹੀਂ ਦਿਖਾਇਆ ਮੁੜ ਕੇ, ਫਿਲਮਾਂ 'ਚ ਬਾਰਡਰ ਦੇ ਪਰਲੇ ਪਾਸੇ ਨਲਕੇ ਪਾਟ ਰਿਹਾ, ਇੱਥੇ ਲਵਾਇਆ ਹੈ ਨਹੀਂ ਕੋਈ। ਉਦੋਂ ਪਹਿਲਾਂ ਵੀ ਇੱਕ ਫਿਲਮ ਵਾਲਾ ਚੁਣ ਲਿਆ ਸੀ ਤੁਸੀਂ, ਮੈਨੂੰ ਮਿਲਦਾ ਰਿਹਾ ਉਹ ਵੀ ਪਾਰਲੀਮੈਂਟ 'ਚ, ਉਹ ਕਹਿੰਦੇ ਬਸ ਜਾਤੇ ਨਹੀਂ ਆਪ, ਕਿਉਂ ਗਾਓ ਗਾਓ ਘੁੰਮਤੇ ਰਹਿਤੇ ਹੋ, ਲੋਕ ਐਸੀ ਹੈ, ਆਖਰੀ ਮਹੀਨੇ ਮੈਂ ਜਾਏਂਗੇ ਵੋਟ ਲੈ ਕੇ ਆਏਂਗੇ। ਮੈਂ ਕਿਹਾ ਭਰਾਵਾ ਤੁਹਾਨੂੰ ਪੈ ਜਾਂਦੀਆਂ ਹੋਣੀਆਂ, ਸਾਨੂੰ ਤਾਂ ਲੋਕਾਂ 'ਚ ਆਏ ਬਿਨਾਂ ਨੀਂਦ ਹੀ ਨਹੀਂ ਆਉਂਦੀ, ਸਾਨੂੰ ਤਾਂ ਚੈਨ ਹੀ ਨਹੀਂ ਆਉਂਦਾ ਜਿੰਨੇ ਚਿਰ ਲੋਕਾਂ 'ਚ ਨਾ ਜਾਈਏ।
ਹੁਣ ਐਤਕੀ ਨਾ ਗੁਰਦਾਸਪੁਰ ਵਾਲਿਓ ਐਤਕੀ ਲਾਂਬੇ ਲਾ ਦਿਓ, ਹਜੇ ਵੀ ਡੁੱਲੇ ਪੈਰਾਂ ਦਾ ਕੁਛ ਨਹੀਂ ਵਿਗੜਿਆ। ਨਹੀਂ ਤਾਂ ਗੁਰਦਾਸਪੁਰ ਵਾਲਿਆਂ ਨੂੰ ਐਂ ਸਮਝਦੇ ਨੇ ਇੱਥੋਂ ਜਿਹੜਾ ਮਰਜ਼ੀ ਭੇਜ ਦਿਓ ਪਾ ਹੀ ਦਿੰਦੇ ਆ। ਐਤਕੀ ਆਪਦਾ ਪੁੱਤ ਚੁਣ ਕੇ ਪਾਰਲੀਮੈਂਟ ਦੀਆਂ ਸੀੜੀਆਂ ਪਾਰਲੀਮੈਂਟ ਦੀਆਂ ਪੌੜੀਆਂ 'ਤੇ ਚੜਾਓ ਅਤੇ 10 ਸਾਲਾਂ ਦੇ ਜੇ ਘਾਟੇ ਪੂਰੇ ਨਾ ਕੀਤੇ ਮੈਂ ਜ਼ਿੰਮੇਵਾਰ ਹਾਂ।